ਜੀ ਮੈਂ ਤੁਹਾਡਾ ਇੰਟਰਵਿਊ ਕਰਨ ਆਇਆ ਤੁਸੀਂ ਕਿਹੜਾ ਇੰਟਰਵਿਊ ਕੋ ਤਰੀਕਾ ਬੰਦਾ ਕੋ ਕਿਸੇ ਜਜ਼ਬਾਤ ਚ ਖੜਾ ਹੁੰਦਾ ਕੋ ਗੁੱਸੇ ਚ ਖੜਾ ਹੁੰਦਾ ਤੂੰ ਇੰਟਰਵਿਊ ਲੈਣ ਆ ਗਿਆ ਜਜ਼ਬਾਤ ਕੀ ਰੇਲੀ ਚ ਉਧਰ ਆ ਗਏ ਤੁਸੀਂ ਇਹ ਕਿਹੜੀ ਮੇਰੀ ਗੱਲ ਹੋਈ ਉਹ ਜਾ ਕੰਮ ਕਰ ਪਾ ਜਾ ਕੋ ਤਰੀਕਾ ਤੂੰ ਆਇਆ ਕਿਥੋਂ ਤੈਨੂੰ ਭੇਜਿਆ ਕਿਵੇਂ ਆਇਆ ਤੂੰ ਆ ਤੂੰ ਉਸਤਾਦ ਜੀ ਉਹ ਬੰਦਾ ਲੜਿਆ ਨਿਕਲਿਆ ਉਹ ਵੇਚਿਆ ਵੀ ਆ ਗਿਆ ਵਿੱਚ ਇੰਟਰਵਿਊ ਕਰ ਰਿਹਾ ਉਹ ਕਿਥੋਂ ਇੰਟਰਵਿਊ ਕਰਨਾ ਉਹ ਭਾਜੀ ਇੱਕ ਮਿੰਟ ਓਏ ਸਾਈ ਇਹ ਕਿਹੜਾ ਤਰੀਕਾ ਕਰ ਹੋਇਆ ਯਾਰ ਕੋ ਗੱਲ ਆ ਕੋ ਕਰਨ ਵਾਲੀ ਮੈਂ ਇੰਟਰਵਿਊ ਕਰਨ ਆਇਆ ਮੈਂ ਇੰਟਰਵਿਊ ਕਰਨ ਆਇਆ ਆਪਣਾ ਕੰਮ ਕਰੇ ਜਾ ਕੇ ਕੀ ਕੀਤਾ ਕਿਨੇ ਭਾਜੀ ਸੌਰੀ ਮਾਦਰ ਇਹਨੇ ਕਿਹਾ ਆ ਕੇ ਮੈਨੂੰ ਇੱਥੋਂ ਇੰਜ ਕਰਕੇ ਇੰਜ ਕਰਨਾ ਕਹਿੰਦਾ ਮੈਂ ਤੇਰਾ ਇੰਟਰਵਿਊ ਕਰਨਾ ਹੈ ਮਤਲਬ ਇੰਜ ਖਿੱਚਿਆ ਤੂੰ ਭਾਜੀ ਇਹ ਕਿਹੜਾ ਕੰਮ ਹੈ ਇੰਟਰਵਿਊ ਸੋ ਭਾਈ ਉਹ ਤਰੀਕਾ ਕਾਰ ਹੁੰਦਾ ਆ ਕੇ ਮੈਨੂੰ ਕਵੇ ਹੀ ਕਿ ਮੈਂ ਕੋਈ ਇੰਟਰਵਿਊ ਕਰਨਾ ਆ ਤੇਰਾ ਸਾਰੇ ਬੰਦੇ ਮੇਰਾ ਡਰਾਮਾ ਵੇਖਣ ਦੇ ਇਹ ਕੀ ਕਰਨ ਦੇ ਇੱਥੇ और नादरीन इसको मैं रैसल कर रहा हूँ रैसल करवानी बेटे जी मिठे का तुम हाल देख लिया लोगों ने उन्होंने एक्सेप्ट किया कालू साहब कहते हैं पॉइंट मैं वक्त पा देंगे पूरा ਤੁਸੀਂ ਮੈਨੂੰ ਜ਼ਰਾ ਛੱਡੋ ਸਹੀ ਮੈਦਾਨ 'ਚ ਕਾਲੂ ਸਾਹਿਬ ਇਹ ਤੁਹਾਡਾ ਮਾਈਕ ਆ ਇਹ ਤੁਸੀਂ ਮਾਈਕ ਉਹਦੇ ਅੱਗੇ ਕਰਨਾ ਆਪਣਾ ਜਿਹੜਾ ਹੋਏਗਾ ਅੱਗੇ ਆਡੀਅੰਸ ਦੇ ਅੱਗੇ ਜਿਹੜਾ ਵੀ ਠੀਕ ਆ ਗੱਲਬਾਤ ਕਰਨੀ ਆ ਤਹੱਮਲ ਦੇ ਨਾਲ ਮੈਂ ਤੇਰਾ ਸਬਰ ਦੇਖਣਾ ਔਰ ਤੁਸੀਂ ਨਾਜ਼ਰੀਨ ਫੈਸਲਾ ਕਰਨਾ ਕਿ ਕਿਹੜਾ ਬੰਦਾ ਬੈਸਟ ਐਂਕਰ ਬਣ ਸਕਦਾ ਮੇਰੇ ਤੋਂ ਬਾਅਦ ਗੱਦੀ ਕੌਣ ਸੰਭਾਲੇਗਾ ਓਕੇ ਜੀ ਬੈਸਟ ਵਿਸ਼ਿਸ ਸਰ ਫੋਰ ਯੂ ਠੀਕ ਆ ਜੀ ਓਕੇ ਇਹ ਫੜੋ ਅੱਲਾ ਖੈਰ ਚਲੋ ਲੱਭੋ ਪਤਾ ਕੋਈ ਸਲਾਮੁਅਲੈਕੁਮ ਭਾਅ ਜੀ ਓਕੇ ਯਾਰ ਸਲਾਮੁਅਲੈਕੁਮ ਭਾਅ ਜੀ ਤੁਹਾਡਾ ਇੰਟਰਵਿਊ ਕਰਨਾ ਆ ਮੈਂ ਐਂਕਰ ਆ ਇਹ ਕੀ ਤਰੀਕਾ ਹੈ ਬੁਲਾਉਣ ਦਾ ਕੋ ਤਰੀਕਾ ਹੈ ਭਾਅ ਜੀ ਮੈਂ ਤੁਹਾਨੂੰ ਕੋ ਬੰਦਾ ਆਂਦਾ ਕੋ ਡਿਸਿਪਲਨ ਆ ਕੋ ਗੱਲ ਕਰਦਾ ਕਿ ਉਹ ਸਲਾਮ ਦਵਾ ਲੈਂਦਾ ਵਾ ਭਾਅ ਜੀ ਇਹ ਕੋ ਤਰੀਕਾਕਾਰ ਥੋੜੀ ਹੈ ਯਾਰ ਤੁਹਾਡਾ ਇਹ ਕਿਹੜਾ ਤਰੀਕਾ ਹੈ ਐਂਕਰ ਕਰਕੇ ਵਾਲਾ ਕੋ ਡਿਸਿਪਲਨ ਹੁੰਦਾ ਗੱਲ ਕਰਨ ਦਾ ਕੋ ਤਰੀਕਾਕਾਰ ਹੁੰਦਾ ਯਾਰ ਭਾਅ ਜੀ ਮੇਰੀ ਬੰਦਾ ਕੋ ਆਪਣੇ ਕੰਮ ਨੂੰ ਖੜਾ ਕੋ ਆਪਣੀ ਸੋਚ ਚ ਖੜਾ ਤੂੰ ਆਪਣੀ ਗੱਲ ਵਿੱਚ ਪਾਈ ਜਾ ਰਿਹਾ ਭਾਅ ਜੀ ਮੈਂ ਤੁਹਾਡਾ ਇੰਟਰਵਿਊ ਕਰਨ ਆਇਆ ਤੁਸੀਂ ਕਿਹੜਾ ਇੰਟਰਵਿਊ ਕੋ ਤਰੀਕਾ ਬੰਦਾ ਕੋ ਕਿਸੇ ਜਜ਼ਬਾਤ ਚ ਖੜਾ ਹੁੰਦਾ ਕੋ ਗੁੱਸੇ ਚ ਖੜਾ ਹੁੰਦਾ ਤੂੰ ਇੰਟਰਵਿਊ ਲੈਣ ਆ ਗਿਆ ਜਜ਼ਬਾਤ ਕੀ ਰੇਲੀ ਚ ਉਧਰ ਆ ਗਏ ਤੁਸੀਂ ਇਹ ਕਿਹੜੀ ਮੇਰੀ ਗੱਲ ਹੋਈ ਉਹ ਜਾ ਕੰਮ ਕਰ ਪਾ ਜਾ ਕੋ ਤਰੀਕਾ ਤੂੰ ਆਇਆ ਕਿਥੋਂ ਤੈਨੂੰ ਭੇਜਿਆ ਕਿਵੇਂ ਆਇਆ ਤੂੰ ਆ ਤੂੰ ਉਸਤਾਦ ਜੀ ਉਹ ਬੰਦਾ ਲੜਿਆ ਨਿਕਲਿਆ ਉਹ ਵੇਚਿਆ ਵੀ ਆ ਗਿਆ ਵਿੱਚ ਇੰਟਰਵਿਊ ਕਰ ਰਿਹਾ ਉਹ ਕਿਥੋਂ ਇੰਟਰਵਿਊ ਕਰਨਾ ਉਹ ਭਾਜੀ ਇੱਕ ਮਿੰਟ ਓਏ ਸਾਈ ਇਹ ਕਿਹੜਾ ਤਰੀਕਾ ਕਰ ਹੋਇਆ ਯਾਰ ਕੋ ਗੱਲ ਆ ਕੋ ਕਰਨ ਵਾਲੀ ਮੈਂ ਇੰਟਰਵਿਊ ਕਰਨਾ ਆ ਮੈਂ ਇੰਟਰਵਿਊ ਕਰਨਾ ਆ ਆਪਣਾ ਕੰਮ ਕਰੇ ਜਾ ਕੇ ਕੀ ਕੀਤਾ ਕਿਨੇ ਭਾਜੀ ਸੌਰੀ ਮਾਦਰ ਇਹਨੇ ਕਿਹਾ ਆ ਕੇ ਮੈਨੂੰ ਇੱਥੋਂ ਇੰਜ ਕਰਕੇ ਇੰਜ ਕਰਨਾ ਕਹਿੰਦਾ ਮੈਂ ਤੇਰਾ ਇੰਟਰਵਿਊ ਕਰਨਾ ਆ ਮਤਲਬ ਇੰਜ ਖਿੱਚਿਆ ਤੂੰ ਭਾਜੀ ਇਹ ਕਿਹੜਾ ਕੰਮ ਹੈ ਇੰਟਰਵਿਊ ਸੋ ਭਾਈ ਉਹ ਤਰੀਕਾ ਕਾਰ ਹੁੰਦਾ ਆ ਕੇ ਮੈਨੂੰ ਕਵੇ ਹੀ ਕਿ ਮੈਂ ਕੋਈ ਇੰਟਰਵਿਊ ਕਰਨਾ ਆ ਤੇਰਾ ਸਾਰੇ ਬੰਦੇ ਮੇਰਾ ਡਰਾਮਾ ਵੇਖਣ ਦੇ ਇਹ ਕੀ ਕਰਨ ਦੇ ਇੱਥੇ ਮੈਨੂੰ ਅਸਲ 'ਚ ਪਤਾ ਨਹੀਂ ਸੀ ਸੌਰੀ ਨੈਕਸਟ ਟਾਈਮ ਨਹੀਂ ਇੱਦਾਂ ਹੁੰਦਾ ਭਾਅ ਜੀ ਅਸਲ 'ਚ ਮੈਨੂੰ ਪਤਾ ਨਹੀਂ ਸੀ ਨੈਕਸਟ ਟਾਈਮ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਨੈਕਸਟ ਟਾਈਮ ਕਦੋਂ ਆਉਣਾ ਫਿਰ ਕਰ ਲਾਂਗੇ ਬਹੁਤ ਅੱਛੇ ਨੈਕਸਟ ਟਾਈਮ ਆ ਜਾਣਗੇ ਫਿਰ ਅੱਛੇ ਤਰੀਕੇ ਨਾਲ ਮਿਠਾਈ ਦਾ ਡੱਬਾ ਲਿਆਉਂਗਾ ਨਾਲ ਚਗਿਰਦੀ ਕਰਨੀ ਹਾਂਜੀ ਨਹੀਂ ਤਮੀਜ਼ ਨਾਲ ਸਰ ਸਰ ਮੈਂ ਮਾਦਰੇ ਚਾਹੁੰਦਾ ਸਰ ਥੈਂਕ ਯੂ ਤੁਸੀਂ ਮੈਨੂੰ ਦੇਖਿਆ ਹੋਏਗਾ ਅਕਸਰ ਦੇਖਿਆ ਹੋਏਗਾ ਨਾ ਸਰ ਕੰਮ ਕੀ ਕਰਦੇ ਤੁਸੀਂ ਇਹੀ ਚਪੇੜਾ ਮਾਰਨ ਦਾ ਕੰਮ ਕਰਦੇ ਨੇ ਠੀਕ ਹੈ ਜੀ ਸਰ ਮੈਂ ਐਂਕਰ ਹੈਗਾ ਮੈਂ ਯਕੀਨ ਕਰ ਕੇ ਲੜ ਕੇ ਨਿਕਲਿਆ ਵਾਂ ਘਰੋਂ ਤਾਂ ਮੈਂ ਤੇਰੀ ਜਈ ਤਈ ਮਚਾ ਦੇਣੀ ਆ ਪਰਾਂ ਚੱਲ ਜਾ ਭਾਜੀ ਕੰਮ ਕੀ ਕਰਦੇ ਮੈਂ ਇਹ ਪੁੱਛਿਆ ਮੈਂ ਲੁੱਟਣ ਦਾ ਕੰਮ ਕਰਦਾ ਤੇ ਲੁੱਟ ਲਾਵਾਂ ਤੈਨੂੰ ਇੱਥੇ ਭਾਜੀ ਤੁਸੀਂ ਗੁੱਸੇ ਜਾ ਕੋਈ ਮੈਨੂੰ ਗੁੱਸਾ ਠੰਡਾ ਕਰ ਲਓ ਮੈਂ ਇੱਥੇ ਹੀ ਹਾਂ ਮੈਂ ਤੁਹਾਡਾ ਇੰਟਰਵਿਊ ਕਰਕੇ ਜਾਣਾ ਅੱਜ ਕਰਕੇ ਇਹਦਾ ਇੰਟਰਵਿਊ ਕਰਕੇ ਨਹੀਂ ਜਾਣਾ ਅਗਲੇ ਨੇ ਲਾਸ਼ ਕਰ ਦੇਣੀ ਤੇਰੀ ਅੱਛਾ ਨਾਮ ਕੀ ਤੁਹਾਡਾ ਸਰ ਯਾਸਰ ਨਾਮ ਮੇਰਾ ਯਾਸਰ ਭਾਈ ਯਾਸਰ ਭਾਈ ਸੱਚ ਮੁੱਚ ਗੁੱਸਾ ਚੜ ਗਿਆ ਸੀ ਸਰ ਵਾਕਈ ਸਾਰੇ ਇਸ ਤਰ੍ਹਾਂ ਤਰੀਕਾ ਕਰ ਨਹੀਂ ਅੱਛਾ ਇਹ ਮੈਨੂੰ ਨਾ ਕਹਿ ਰਹੇ ਨੇ ਕਿ ਜੀ ਅਸੀਂ ਵੀ ਐਂਕਰ ਬਣਨੇ ਆ ਅਸੀਂ ਵੀ ਮੈਂ ਕਿਹਾ ਯਾਰ ਤੁਹਾਡੇ ਕੋਲ ਨਹੀਂ ਮੈਨੂੰ ਉਹ ਨਹੀਂ ਇਹਨੂੰ ਪਹਿਲਾਂ ਕੋਈ ਡਿਗਰੀ ਸ਼ਗਰੀ ਕਰਾਓ ਕਿਤੇ ਕੋਈ ਲਿੱਤਰ ਲੁੱਤਰ ਪਾਓ ਇਹਨੂੰ ਕਿਤੇ ਨਹੀਂ ਸਰ ਇਹਦੇ 'ਚ ਤਰਬੀਅਤ ਹੁੰਦੀ ਆ ਕਿ ਵੱਡੇ ਬੰਦੇ ਨੂੰ ਭਾਵੇਂ ਐਂਕਰ ਨਾ ਵੀ ਹੋਵੇ ਤੁਹਾਨੂੰ ਵੈਸੇ ਕਿਸੇ ਨੇ ਬੁਲਾਉਣਾ ਹੋਵੇ ਸਰ ਕੋਈ ਡਰੈਸ ਪੁੱਛਣਾ ਹੋਵੇ ਕਿਸੇ ਬਿਲਕੁਲ ਤੁਹਾਨੂੰ ਇਹ ਕਹਿੰਦਾ ਸਰ ਸਰ ਅਸਲਾਮ ਅਲੈਕੁਮ ਸਰ ਜੀ ਬਿਲਕੁਲ ਇਦਾਂ ਹੀ 6 ਨੰਬਰ ਗਲੀ ਕਿੱਥੇ ਇਦਾਂ ਹੀ ਹੁਣ ਐਂਜ ਕਰਕੇ ਬੰਦਾ ਪੁੱਛ ਤੇ ਦੂਜੇ ਵਧਾਰੀ ਗਾ ਬਹੁਤ ਗਲਤ ਕਰ ਗਿਆ ਤਾਂ ਤੁਹਾਡੀ ਮਿਹਰਬਾਨੀ ਇਹਨੂੰ ਕਿਤੇ ਹੋਰ ਨਾ ਗੱਲ ਦੇਣਾ ਤਾਂ ਮੈਂ ਤਾਂ ਇਹ ਕੁਝ ਵੀ ਨਹੀਂ ਕੁੱਟਿਆ ਮੈਂ ਹੀ ਕਹਿ ਰਿਹਾ ਤੁਸੀਂ ਵੈਸੇ ਯਕੀਨ ਕਰੋ ਤੁਸੀਂ ਵਿੱਚ ਆ ਗਏ ਉਹਨੇ ਤਾਂ ਮੈਂ ਤੇ ਐਸਐਮਐਸ ਕਰ ਦੇਣਾ ਸੀ ਇਹਨੂੰ ਇਹਦਾ ਇੱਥੇ ਸਟicker ਬਣ ਜਾਣਾ ਸੀ ਸਰ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਲਵ ਯੂ ਸਰ ਸਰ ਥੈਂਕ ਯੂ ਮਿਹਰਬਾਨੀ ਦਾਨੇ ਸਾਹਿਬ ਹੁਣ ਤੁਹਾਡੀ ਵਾਰੀ ਆ ਠੀਕ ਆ ਜੀ ਔਰ ਤੁਸੀਂ ਅੱਗੇ ਨਿਜ਼ਾਮ ਦੇਖ ਲਿਆ
ਅੱਗੇ ਨਿਜ਼ਾਮ ਤੁਸੀਂ ਦੇਖ ਲਿਆ ਕੀ ਹੋਇਆ? ਮੈਂ ਵੇਖ ਲਿਆ ਮੈਂ ਉਸਤਾਦ ਜੀ, ਇਦਾਂ ਨਹੀਂ ਕਰਨਾ, ਤਮੀਜ਼ ਦੇ ਨਾਲ ਗੱਲ ਕਰਨੀ ਹੈ। ਤਮੀਜ਼ ਨਾ, ਇੱਕ ਤਰੀਕਾ ਹੁੰਦਾ ਕਾਲੂ ਵਾਂਗੂ ਜਾਂ ਮਿੱਠੇ ਵਾਂਗੂ ਨਹੀਂ ਕਰਨਾ। ਉਹ ਉਸਤਾਦ ਜੀ ਕਿਸੇ ਨੂੰ ਮੰਨਦੇ ਹੀ ਨਹੀਂ, ਤੁਹਾਡੇ ਤੋਂ ਸਵਾਹ ਜਿੰਨੀ ਮਰਜ਼ੀ ਤਮੀਜ਼ ਨਾਲ ਬੋਲੋ, ਮੈਨੂੰ ਪੱਕਾ ਯਕੀਨ ਆ ਚੰਡਾ ਹੀ ਪੈਣੀ ਹੈ। ਨਹੀਂ ਪੈਂਦੀਆਂ ਚੰਡਾ, ਥੋੜ੍ਹਾ ਤਮੀਜ਼ ਨਾਲ ਗੱਲ ਕਰੋਗੇ ਅੱਛੇ ਤਰੀਕੇ ਦੇ ਨਾਲ, ਨਹੀਂ ਪੈਂਦੀਆਂ ਚੰਡਾ। ਆਓ ਜ਼ਰਾ ਕੋਈ ਬੰਦਾ ਘੇਰ ਦੇ। ਆਹ ਦੋ ਬੰਦੇ ਬੈਠੇ ਆ, ਪਿਆਰ ਨਾਲ ਅਦਬ ਨਾਲ नाज़रीन, एक दोस्त बैठे हुए यहाँ पे, आइए इनसे बात करते हैं, इनसे मुलाकात करते हैं। अस्सलाम वालेकुम भाई। वालेकुम अस्सलाम भाई। इतने पढ़ना है? नहीं जी, इतने बस पेपर देना है। अच्छा, और भाई की नाम है तुम्हारा? साडा नाम भाई अली रजा। अली रजा। अच्छा भाजी, ਤੁਹਾਡਾ ਮੂੰਹ ਇਦਾਂ ਦਾ ਕਿਉਂ ਆ ਜਿੱਦਾਂ ਬੈਂਟੇ ਨੂੰ ਸੁਰਮਾ ਪਾਇਆ ਹੁੰਦਾ? ਯਾਰ ਭਾਈ ਤੇ ਤਮੀਜ਼ ਨਹੀਂ ਆ ਬੋਲਣ ਦੀ। ਉਹ ਤਮੀਜ਼ ਹੀ ਆ। ਕਿਦਾਂ ਬੋਲ ਰਿਹਾ ਤੂੰ? ਉਹ ਤੂੰ ਕੀ ਆ? ਉਹ ਕੀ ਆ ਭਾਈ, ਤੈਨੂੰ ਐਵੇਂ ਪੰਗੇ ਲਈ ਆ ਰਹਾ ਕਰਨਾ? ਮੇਰੀ ਗੱਲ ਸੁਣ, ਮੈਂ ਇੰਟਰਵਿਊ ਕਰਨ ਆਇਆ ਪਾਗਲਾ, ਟੀਵੀ ਤੇ ਆ ਰਿਹਾ ਤੂੰ? ਉਹ ਭਾਈ ਜਾ, ਕਿਹੜਾ ਇੰਟਰਵਿਊ ਤੇਰਾ? ਓਏ ਤਮੀਜ਼ ਕਰ ਓਏ। ਕਿਹੜਾ ਇੰਟਰਵਿਊ ਤੇਰਾ? ਓਏ ਮਿੱਠੇ, ਇੱਕ ਸੈਕਿੰਡ ਬਾਤ ਕਰ ਰਹਾ ਕੋਈ ਭਾਈ, ਮੇਰੀ ਬਾਤ ਸੁਣ। ਓਏ ਮੇਰੀ ਗੱਲ ਸੁਣੋ, ਮੈਨੂੰ गर्म दिमाग दा भाई तू, यार मेनू समझदार लगे ने। यार मिठे रूवे। अच्छा ओ वेख ले यार, आगे पापा यार चबला नु मारे दादा इंटरव्यू ले। ओ यार जाओ यार, मैं किसे होर दा कर लेना। मिठे कोठी यार, ओ मेनू का तो फसाता ही देख, मैं बस फोन कट दे एक मिनट। अच्छा मेरा दोस्त बन रहा यार, आपा गल्ला बात कर दे। इथे बैठ की खाना है? बर्गर खाना है? नहीं नहीं, पैसे है नहीं? पैसे हैगा, तुसी कौन? ओ यार मैं एंकर सहाफी, बर्गर दी नुक्कर हैगा मेरा नु। ਮੁੰਡਿਆਂ ਨੇ ਮਾਰਿਆ, ਮੈਂ ਇਹਨਾਂ ਨੂੰ ਬਥੇਰਾ ਦੱਸਿਆ, ਮੈਂ ਸਿਟੀ 41 ਤੋਂ ਆਇਆ, ਹੋਰ ਕੁੱਟਿਆ ਉਹਨਾਂ ਨੇ ਮੈਨੂੰ। ਕੀ ਹਾਲ ਆ? ਹੈ ਸ਼ੁਕਰ ਅੱਲਾ ਦਾ ਭੈਣ, ਤੂੰ ਸੁਣਾ ਸੁਣੇ? ਠੀਕ ਠਾਕ ਭਾਈ, ਸ਼ੁਕਰ ਅੱਲਾ। ਮਾਸ਼ਾਅੱਲ, ਕਿੱਧਰ ਫਿਰ ਰਹੇ ਹੋ? ਬਸ ਭਾਈ ਸੈਲ ਕਰਨ ਆਏ ਆ। ਸੈਲ? ਉਹ ਸੈਲ ਨਹੀਂ ਕਰਨ ਆਈ ਦੀ, ਸੈਰ ਕਰਨ ਆਈ ਦੀ ਹੈ। ਸੈਰ ਸੈਰ, ਹਾਂ ਆਹੋ। ਤੇ ਕੀ ਅੱਗੇ ਲੜਾਈ ਕਾਦੀ ਹੋ ਰਹੀ ਸੀ? ਲੜਾਈ ਮੂੰਹ ਦੇ ਵਿੱਚ ਕੈਮਰਾ ਵੜੀ ਆ ਰਿਹਾ। ਮਾਈਕ? ਮਾਈਕ ਸੌਰੀ, ਆਹੋ। ਅੱਛਾ ਮੂੰਹ ਚ ਮਾਈਕ ਵੜੀ ਆ? ਓਏ ਇਧਰ ਆ, ਆ ਤੁਹਾਡੇ ਵਾਲਾ ਹੀ ਹਿਸਾਬ ਆ। ਨਹੀਂ ਅਸਲ ਮੈਂ ਤਾਂ ਦੱਸਦਾ, ਐ ਇੱਥੇ ਤੱਕ ਨਾ ਜੀ ਦੇਖ, ਅਸੀਂ ਇੰਨੀ ਮਿਹਨਤ ਕਰਕੇ ਵੀਡੀਓ ਬਣਾ ਰਹੇ ਹਾਂ, ਪੈਸੇ ਲੱਗ ਰਹੇ ਆ, ਟਾਈਮ ਜ਼ਾਇਆ ਹੋ ਰਿਹਾ ਇਜਾਜ਼ਤ ਲਈ ਇੱਥੇ ਸ਼ੋਅ ਕਰਨ ਦੀ। ਅਗਰ ਇੱਥੇ ਕਰ ਲਈਏ, ਤੇਰੀ ਆਵਾਜ਼ ਹੀ ਨਾ ਰਿਕਾਰਡ ਹੋਵੇ, ਸਾਡੀ ਸਾਰੀ ਮਿਹਨਤ ਗਈ, ਤੇ ਮੇਰਾ ਭਰਾ ਤੂੰ ਥੋੜ੍ਹਾ ਜਿਹਾ ਇੱਥੇ ਇਹਨੂੰ ਬਰਦਾਸ਼ਤ ਕਰ ਲਾ ਯਾਰ ਭਾਈ, ਕੋਈ ਸੈਂਸ ਵੀ ਹੁੰਦੀ ਗੱਲ ਕਰਨ ਦੀ। ਨਹੀਂ ਆ ਤੇ ਮਾਈਕ, ਅੱਛਾ ਹਾਂ ਗੱਲ ਕਰਨ ਦੀ ਗੱਲ ਨਹੀਂ ਹੋਣੀ, ਸੇ ਇੱਧਰ ਆ ਜਾ। ਆਨੇ ਬਦਤਮੀਜ਼ੀ ਕਰਨੀ ਕਰਤੀ ਸ਼ੁਰੂ, ਪੈਸੇ ਹੈਗੇ ਕਹਿੰਦਾ, ਪੈਸੇ ਹੈਗੇ, ਪੈਸੇ ਹੈਗੇ ਤੇ ਆਏ ਆ। ਪੈਸੇ ਹੈਗੇ ਨਹੀਂ ਹੈਗੇ, ਤੈਨੂੰ ਇਹਦਾ ਕੀ ਤਕਲੀਫ? ਗੁੱਸਾ ਨਾ ਕਰਨਾ, ਥੋੜੀ ਕੁਰਸੀ ਇੱਧਰ ਕਰੋ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਭਾਈ ਅਲੀ ਰਜ਼ਾ। ਭਾਈ ਅਲੀ ਰਜ਼ਾ, ਭਾਈ ਅਲੀ ਰਜ਼ਾ ਜਾਂ ਅਲੀ ਰਜ਼ਾ? ਅਲੀ ਰਜ਼ਾ। ਤੁਹਾਡਾ ਬੋਲ ਸਕਦਾ ਹੈ? ਮੇਰੇ ਨਾਲ ਨਹੀਂ ਸੀ ਇੱਦਾਂ ਬੋਲ ਸਕਦਾ। ਇੱਕ ਮਿੰਟ ਠਹਿਰ ਜਾ, ਆ ਦੇ ਮੇਰੀ ਗੱਲ ਸੁਣ ਭਾਜੀ। ਦੇਖੋ ਇੱਕ ਹੁੰਦਾ ਮਜ਼ਾਕ, ਮਜ਼ਾਕ ਜਿਹੜਾ ਨਾ, ਅਗਰ ਮੈਂ ਤੁਹਾਡਾ ਮਜ਼ਾਕ ਕਰਾਂਗਾ ਨਾ, ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਨੇ ਖੁਸ਼ ਹੋਣਾ, ਠੀਕ ਹੈ ਜੀ? ਮਤਲਬ ਮੈਂ ਤੁਹਾਨੂੰ ਕਹਿੰਦਾ ਤੁਹਾਡਾ ਬੜਾ ਘੁੱਟੀ ਕੁੱਪੀ ਵਰਗਾ ਮੂੰਹ ਆ, ਬੜਾ ਤੁਹਾਡਾ ਪੁਰਾਣੇ ਗੱਡਰ ਦੇ ਢੱਕਣ ਵਰਗਾ ਮੂੰਹ ਆ। ਇਹ 'ਚ ਤੁਸੀਂ ਗੁੱਸਾ ਨਹੀਂ ਕਰਨਾ, ਕਿਉਂਕਿ ਲੋਕ ਖੁਸ਼ ਹੋ ਰਹੇ ਨੇ,
मैं तुम्हें कह रहा तुम इंज लग रहा साल हो गया तुम मूँह नहीं धोता ठीक है कोई नहीं अल्लाह रिस्पैक्ट के नाल हाँ अल्लाह ने बनाया ना अल्लाह ने बनाया लेकिन हूँ अल्लाह नाल साबन नहीं दिता अल्लाह ने इत सा की कसूर आ अच्छा हूँ इदा करना तू बर्गर खवान लगे तेरे नालों बर्गर हजार गुना चंगा यकीन कर हाँ तू मेरा वीर आ तू मेरे फैसलाबाद का वा तो बर्गर की की औकात आ कि भी मैं तेरे वर्गे बंदे नूं खवा दवा समझ रहे गल तू आर्डर लाना वा आर्डर लाना पैसे भी मैं देने क्यों तू देने आ तेरा वड्डा भरा इत्थे बैठा वा वड्डे भरा ने कहना बंदे को ला लो बैठा तेनू यकीन नहीं आ रहा कि तेनू कोई खवा सके यही तेरा कॉन्फिडेंस लैवल घट आ इंग्लिश बोल के ब्रेक से जाना जरा असं नहीं कही ना वक्त हुआ एक ब्रेक का मिलते एक ब्रेक के बाद ये इंग्लिश कहना वा तेन 1200 रुपए के बर्गर खवा दांगा जा इंग्लिश मैनू आनी ना ये तो फिर मैनू बर्गर नहीं आते उदा चुट्टी भज्जी गलत कहना इंग्लिश चा बिच ब्रेक का लफज आवे बस चल नादरीन नादरीन नहीं हों उर्दू आ कोई ऑडियंस गाइज ये वो कुछ कह दे गाइज आज हम उर्दू आ आज हम तुम सनम इंग्लिश बोलो नहीं गलत बोल दे ते ब्रेक का लफज कितने यूज कर दे बस खैर जग मिनट चल बेटा 1200 रुपए के बर्गर आ समझ आई तुहानू को खट्टा नहीं दिंदा दूजी हरी चल जी गाइज ओ जी गाइज नहीं इंग्लिश बोल कोई लफज बोल दे टुटे पुजे जेडे मर्जी बोल दे यार किदम बोला व्हाट इज दिस गाइस आज हम ब्रेक पर जा आज हम ब्रेक चल तू ट्राई कर इथे उरे आ हेलो गाइस ओनली 10 मिनट्स लेट एक ब्रेक इदा की मतलब सी आज हल्का इसका मतलब है कि हम ब्रेक पे जा रहे हैं 10 मिनट पढ़िया लिखिया आदमी तू एस चवल्ला फिरदा तन्नू शर्म नहीं आउंदी मैं सिर्फ तन्नू चेक करना सी पढ़ ले गया फिर कापी मेरे चाहू अच्छा यार वाकई सच्ची मुची गलत काम तो कोई नहीं करता सिगड़ सुगड़ नहीं, नहीं। कोई ये वो कभी किसी ने एक ने कहा हो कि आ काम करते हैं या दोवें की सेम सोच आ दोवें हर काम नु बुरा समझते हैं सिगरट पीना वादा घाटा करना कुड़िया छेड़ना गलती है ਇਦਾਂ ਦੇ ਨਾ ਇੱਕ ਜਣੇ ਨੂੰ ਹੁੰਦਾ ਉਹ ਦੂਜੇ ਨੂੰ ਵੀ ਖਿੱਚ ਖਿੱਚ ਕੇ ਨਾਲ ਲੈ ਜਾਂਦਾ ਇੰਜ ਦਾ ਤਾਂ ਕੋਈ ਨਹੀਂ ਸਿਰਫ ਜੇਬ ਕੱਟਣੀ ਜੇਬ ਕੱਟੋ ਕੋਈ ਰੋਲਾ ਨਹੀਂ ਜੇਬਾਂ ਕੱਟੋ ਜੇਬਾਂ ਨਹੀਂ ਪਿਆਰ ਨਾਲ ਕੋਈ ਖਵਾ ਦੇ ਉਹ ਲਗਾ ਗੱਲ ਕੀ ਖਾਣਾ ਚੱਲ ਦੱਸ ਦੁੱਧ ਵੀ ਖਵਾ ਦੇਣਾ ਪਿਆਰ ਲੈ ਯਾਰ ਤੂੰ ਪਹਿਲੀ ਵਾਰੀ ਜ਼ਿੰਦਗੀ 'ਚ ਮੈਨੂੰ ਮਿਲਿਆ ਵਾ ਅਤੇ ਪਹਿਲੀ ਵਾਰੀ ਤੂੰ ਕੁਛ ਮੰਗਿਆ ਵਾ ਅਤੇ ਮੇਰਾ ਛੋਟਾ ਭਰਾ ਵਾ ਤੂੰ ਉਹ ਮਤਲਬ ਮੇਰੇ ਸ਼ਹਿਰ ਦਾ ਵਾ ਠੀਕ ਆ ਹਾਂ ਅੱਲਾ ਖੈਰ ਕਰੇ ਹੁਕਮ ਕਰ ਭਾਜੀ ਨੂੰ ਦੱਸ ਕੀ ਖਾਣਾ ਝੂਠਾ